ਯਕਿ ਸੋਸ਼ਲ ਮੀਡੀਆ ਉਪਰ ਨਾਨਕ ਸਰਦੇ ਮਹਾਪੁਰਖਾ ਖਿਲਾਫ ਭੱਦੇ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ ਜਿਸ ਦੇ ਰੋਸ ਵਜੋਂ ਅੱਜ ਐਸਐਸਪੀ ਜਗਰਾਉਂ ਨੂੰ ਸ਼ਰਦਾਲੂਆਂ ਦੁਆਰਾ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਚ ਮੰਗੀਤੀ ਗਈ ਹੈ ਕਿ ਏਰੋਪੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਏਰੋਪੀਆਂ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਵੱਲੋਂ ਸੰਘਰਸ਼ ਹੋਰ ਵੀ ਤੇਜ਼ ਤੇਖਾ ਕੀਤਾ ਜਾਵੇਗਾ। ਅੱਜ ਜਗਰਾਉਂ ਵਿਖੇ ਨਾਨਕਸਰ ਸੰਪਰਦਾਇ ਦੇ ਦੁਆਰਾ ਸ਼ਹਿਰ ਚ ਇੱਕ ਰੋਸ ਮਾਰਚ ਕੱਢਿਆ ਗਿਆ ਜਿਸਕਰ ਜੋਗਾ ਕਿ ਸੋਸ਼ਲ ਮੀਡੀਆ ਉੱਪਰ ਨਾਨਕਸਰ ਦੇ ਮਹਾਪੁਰਖਾਂ ਖਿਲਾਫ ਪਦਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ। ਇਹ ਦੇਰ ਉਸ ਵਜੋਂ ਅੱਜ ਐਸਐਸਪੀ ਜਗਰਾਉਂ ਨੂੰ ਸ਼ਰਦਾਲੂਆਂ ਦੁਆਰਾ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਚ ਮੰਗ ਕੀਤੀ ਗਈ ਹੈ ਕਿ ਆਰੋਪੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਨਾ ਚੇਤਾਵਨੀ ਦਿੰਦੇ ਹੋਏ ਕਿ ਜੇਕਰ ਪ੍ਰਸ਼ਾਸਨ ਨੇ ਆਰੋਪੀਆਂ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ 'ਚ ਸਾਡੇ ਵੱਲੋਂ ਹੋਰ ਵੀ ਤਿੱਖਾ ਸੰਘਰਸ਼ ਵਿੜਿਆ ਜਾਵੇਗਾ। ਉਥੇ ਪ੍ਰਸ਼ਾਸਨ ਵੱਲੋਂ ਪ੍ਰੋਸਾ ਦਵਾਇਆ ਗਿਆ ਹੈ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਜੇਕਰ ਜੋਗ ਹੈ ਕਿ ਨਾਨਕ ਸਰ ਸੰਪਰਦਾਇ ਦੇ ਖਿਲਾਫ ਅਪਦੀਸ਼ਵਦਾਰ ਵਿਧੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਸੰਗਤਾਂ 'ਚ ਪਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਆ ਜਿਹੜਾ ਸ਼ੁਜੂ ਮਡੇ ਦੇ ਪ੍ਰਚਾਰ ਚੱਲ ਰਿਹਾ ਬਾਬਾ ਨਾਨਸੀ ਦੇ ਦਰਬਾਰ ਵਾਸਤੇ ਬਾਕੀ ਬਾਬਾ ਲੱਖਾ ਸਿੰਘ ਜੀ ਦੇ ਸਾਨੂੰ ਬੜਾ ਇਹ ਤੇ ਵੀ ਰੋਸ ਆ ਅੱਜ ਤਾਂ ਬੈਠੇ ਅਸੀਂ ਛੋਟਾ ਜਿਹਾ ਇਕੱਠ ਕਰਕੇ ਮੰਗਵਾ ਦੇਣ ਵਾਸਤੇ ਆਏ ਆ ਅਦਰਵਾਜ਼ੀ ਇੱਕ ਦੰਤ ਇੱਕ ਕ੍ਰੁਣਕਰਮੀ ਨਾ ਕੀਤੀ ਕਿ ਪ੍ਰਸ਼ਾਸਨ ਨੇ ਕੰਮ ਕ੍ਰੁਣਕਰਮੀ ਨਹੀਂ ਕੀਤੀ ਅਸੀਂ ਸਾਰੇ ਨਗਰ ਦੇ ਸੁਪੈਂਚ ਜਿੱਥੇ ਇਕੱਠੇ ਹੋਵਾਂਗੇ ਧਰਨਾ ਲਾਵਾਂਗੇ ਠੀਕ ਹੈ ਸਾਨੂੰ ਇਹ ਚੀਜ਼ ਦਾ ਬੜਾ ਰੋਸ ਆ ਅਸੀਂ ਵੀ ਇੱਕ ਸਿੱਖ ਦੇ ਬੱਚੇ ਆ ਸਾਨੂੰ ਵੀ ਅਸੀਂ ਉਹ ਧਰਤੀ ਮੰਨਦੇ ਆ ਸਾਨੂੰ ਬੜਾ ਅਜੇ ਇਹ ਬਹੁਤ ਵੱਡੀ ਜਿਹੜੀ ਘਟਨਾ ਵਾਪਰੀ ਉਹ ਮੜੀ ਵਾਪਰੀ ਹੈ ਜਗਰਾਉ ਤੋਂ ਰਵੀ ਕੁਮਾਰ ਦੀ ਰਿਪੋਰਟ ਕੇ ਟੀਵੀ